प्यारे बच्चों सारे प्यार भरी सत श्रीकाल। हाँ बेटा, पिछले कुछ दिनों तो आप नवोदया प्रीख्या की तैयारी करते पे हाँ। तो मैं एक गल दसनी चाहना भी साढ़े जीवन के पात्रता का बड़ा डूंगा संबंध है बेटा। जिस भी चीज़ के लिए साड़ी पात्रता बन जाती है वह चीज़ कुदरत वालों साढ़े जीवन के आ जाती है ना। जिस तरह तुम देखा होना भी कई बार दिन बहुत गर्मी पैंती होंगी है ना, तो वे बजुर्ग घर कह देंगे भी शाम को हनेरी आऊगी। उसके पिछे बेटा सीक्रेट की होंगे भी जो बहुत गर्मी पैंती है तो थले हेठली हवा गर्म होकर उपर उठ जाती है, थले वैक्यूम बन जाता है। तो उस वैक्यूम पुर करन दे लई कुदरत ठंडी हवा नूं थले भेजदी है, जिहड़ी हनेरिया दे रूप दे विच थले आउंदी है। इसे तरह ही बेटा असीं भी जदों मेहनत कर करके अपनी पात्रता तैयार कर लैंदे आ तां फिर कुदरत नूं उह चीज़ साडी झोली पाउणी पैंदी है। सो बेटा इस करके लगातार मेहनत करदे रहना आ, तुसीं अपनी पात्रता तैयार करदे रहो, तुसीं हैरान हो जाओगे आटोमैटिकली तरक्की दीआं राहां ते तुरदे चलोगे, सफलता तुहाडे कदमां 'च होऊगी। सो बेटा आपां जिहड़ा हैगा आ मानसिक योग्यता क्रम संबंधी परीक्षण आ उह करदे पए आ, तां उहदा जिहड़े दो सैट साडे कंप्लीट हो गए क्रम संबंधी परीक्षण दे। क्रम संबंधी परीक्षण दा तीजा सैट अज आपां शुरू करन जा रहे हां। हाँ बेटा, तां हुण आपां बच्चे जिहड़ा प्रैक्टिस सैट तीन दे उत्ते पहुँच गए, क्रम संबंधी परीक्षण दे विच प्रैक्टिस सैट तीन। ਤਾਂ ਬੇਟਾ ਇਹਨੂੰ ਧਿਆਨ ਦੇ ਨਾਲ ਦੇਖਣਾ ਹੈ ਵੀ ਇੱਕ ਆਪਾਂ ਨੂੰ ਸਮੱਸਿਆ ਚਿੱਤਰ ਦਿੱਤਾ ਹੋਇਆ, ਸਮੱਸਿਆ ਚਿੱਤਰ ਦੇ ਵਿੱਚ ਬੇਟਾ ਆਹ ਸਾਨੂੰ ਕੁਛ ਦਿੱਤੀਆਂ ਹੋਈਆਂ ਫਿਗਰਾਂ ਦਿੱਤੀਆਂ ਹੋਈਆਂ ਹੈ ਨਾ, ਇਹਨਾਂ ਨੂੰ ਅਸੀਂ ਧਿਆਨ ਦੇ ਨਾਲ ਓਬਜ਼ਰਵ ਕਰਨਾ ਫਿਗਰਾਂ ਦੇ ਵਿੱਚ ਇਹ ਫਿਗਰ ਕਿਸ ਤਰ੍ਹਾਂ ਚੱਲਦੀਆਂ ਪਈਆਂ ਅਤੇ ਚੌਥੇ ਖਾਨੇ ਦੇ ਵਿੱਚ ਕੀ ਆਊਗਾ, ਥੱਲੇ ਉੱਤਰ ਫਿਗਰ ਆ, ਉੱਤਰ ਫਿਗਰ 'ਚੋਂ ਆਪਾਂ ਲੱਭਣਾ ਆ। ਜਦੋਂ ਬੇਟਾ ਆਪਾਂ ਇਹਨੂੰ ਧਿਆਨ ਨਾਲ ਦੇਖਦੇ ਹਾਂ ਤਾਂ ਦੇਖੋ ਚਾਰ ਸਾਈਨ ਬਣੇ ਹੋਏ, ਜਮ੍ਹਾਂ ਦਾ, ਘਟਾਓ ਦਾ, ਗੁਣਾ ਦਾ ਅਤੇ ਸਟਾਰ, ਠੀਕ ਹੈ। ਅਗਲੇ ਸੈੱਟ 'ਚ ਆਪਾਂ ਸਟੱਡੀ ਕਰਦੇ ਹਾਂ ਕਿਵੇਂ ਚੱਲਦਾ ਪਿਆ ਆ। ਜਮ੍ਹਾਂ ਦਾ ਸਾਈਨ ਜਿਹੜਾ ਹੈਗਾ ਆ ਥੱਲੇ ਆ ਗਿਆ, ਸਟਾਰ ਵਾਲਾ ਸਭ ਤੋਂ ਉੱਤੇ ਚਲਾ ਗਿਆ, ਠੀਕ ਹੈ। ਫਿਰ ਉਦੋਂ ਅਗਲੇ ਸਟੈਪ ਦੇ ਵਿੱਚ ਸਟਾਰ ਵਾਲਾ ਉਦੋਂ ਥੱਲੇ ਆ ਗਿਆ, ਇਹਦਾ ਮਤਲਬ ਬੇਟਾ ਲੜੀ ਚੱਲਦੀ ਪਈ ਆ ਥੱਲਿਓਂ, ਇਸ ਤਰ੍ਹਾਂ ਕਰਕੇ ਘੁੰਮ ਕੇ ਉੱਪਰ ਨੂੰ ਜਾਈ ਜਾਂਦੇ ਆ ਸਾਰੇ, ਠੀਕ ਹੈ। ਸਾਰੇ ਸਟੈਪ ਜਿਹੜੇ ਥੱਲੇ ਇੱਥੋਂ ਜਾ ਕੇ ਘੁੰਮ ਕੇ ਹੇਠਲਾ ਸਭ ਤੋਂ ਉੱਤੇ ਚੱਲ ਜਾਂਦਾ, ਉੱਪਰਲੇ ਸਾਰੇ ਥੱਲੇ ਆ ਜਾਂਦੇ ਆ। ਤਾਂ ਹੁਣ ਬੇਟਾ ਇਹਦੇ ਅਨੁਸਾਰ ਆਹ ਜਿਹੜਾ ਹੇਠਲਾ ਨਿਸ਼ਾਨ ਆ ਮਾਈਨਸ ਦਾ, ਇਹ ਉੱਪਰਲੇ ਪਾਸੇ ਨੂੰ ਚੱਲ ਜੂਗਾ, ਉੱਪਰਲੀ ਸਾਰੀ ਲੜੀ ਥੱਲੇ ਉੱਤਰ ਜਾਊਗੀ। ਤਾਂ ਆਪਾਂ ਸੀਕੁਐਂਸ ਆ ਜਿਹੜੀ ਉਹ ਧਿਆਨ 'ਚ ਰੱਖਣੀ ਆ, ਮਾਈਨਸ ਉੱਤੇ, ਉਦੋਂ ਬਾਅਦ ਗੁਣਾ ਦਾ, ਫਿਰ ਸਟਾਰ ਅਤੇ ਫਿਰ ਜਮ੍ਹਾਂ ਦਾ ਸਥਾਨ। ਅਤੇ ਮਾਈਨਸ ਸਭ ਤੋਂ ਉੱਪਰ, ਉਦੋਂ ਬਾਅਦ 'ਚ ਗੁਣਾ ਦਾ, ਫਿਰ ਸਟਾਰ ਦਾ ਅਤੇ ਫਿਰ ਜਮ੍ਹਾਂ ਦਾ ਨਿਸ਼ਾਨ। ਆਹ ਬੇਟਾ ਫਸਟ ਜਿਹੜੀ ਫਿਗਰ ਆ ਇਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ, ਠੀਕ ਹੈ, ਕਿਉਂਕਿ ਸਾਰੀ ਦੀ ਸਾਰੀ ਲੜੀ ਤੁਰਦੀ ਪਈ ਹੈ। ਤਾਂ ਫਸਟ ਫਿਗਰ ਨੂੰ ਅਸੀਂ ਆਂਸਰ ਟੇਕ ਕਰ ਦਾਂਗੇ, ਇਹ ਜਿਹੜਾ ਐਗਜੈਕਟ ਆਂਸਰ ਸਾਡਾ ਬਣਦਾ ਪਿਆ ਆ। ਹਾਂ ਬੇਟਾ, ਤਾਂ ਹੁਣ ਬੇਟਾ ਆਪਾਂ ਆ ਗਏ ਦੋ ਨੰਬਰ ਸਵਾਲ ਦੇ ਉੱਤੇ, ਇਸੇ ਪ੍ਰੈਕਟਿਸ ਸੈੱਟ ਤਿੰਨ ਦੇ ਦੋ ਨੰਬਰ ਸਵਾਲ 'ਤੇ। ਤਾਂ ਦੋ ਨੰਬਰ ਸਵਾਲ ਦੇ ਵਿੱਚ ਬੇਟਾ ਆ ਅਕਿਰਤੀਆਂ ਸਾਨੂੰ ਦਿੱਤੀਆਂ ਹੋਈਆਂ, ਇਹਨਾਂ ਨੂੰ ਅਸੀਂ ਸਟੱਡੀ ਕਰਾਂਗੇ ਵੀ ਇਹ ਅਕਿਰਤੀਆਂ ਕਿਵੇਂ ਚੱਲਦੀਆਂ, ਥੱਲੇ ਆਂਸਰ ਅਕਿਰਤੀਆਂ ਦਿੱਤੀਆਂ ਵੀ ਇਹਨਾਂ 'ਚੋਂ ਕਿਹੜੀ ਫਿੱਟ ਬੈਠਦੀ ਆ ਚੌਥੇ ਘਰ ਦੇ ਵਿੱਚ ਜਾ ਕੇ। ਤਾਂ ਬੇਟਾ ਇੱਥੇ ਆ ਚਾਰ ਆ, ਇੱਕ ਐਰੋ ਆ, ਇੱਕ ਆ ਸਿੱਧੀ ਡੰਡੀ ਲੱਗੀ ਆ, ਇੱਕ ਆ ਗੋਲਾ ਲੱਗਿਆ ਅਤੇ ਇੱਕ ਤੀਰ ਦਾ ਨਿਸ਼ਾਨ ਲੱਗਿਆ ਹੋਇਆ ਹੈ ਨਾ। ਇਹ ਚਾਰ ਅਕਿਰਤੀਆਂ ਅੱਗੇ ਦੇਖਦੇ ਹਾਂ, ਅਗਲੇ ਸਟੈਪ 'ਚ ਦੇਖੋ ਕੀ ਹੁੰਦਾ। ਐਰੋ ਇਕੱਲਾ ਇੱਥੇ ਸਟਿਲ ਰਹਿੰਦਾ, ਬਾਕੀ ਸਾਰੀਆਂ ਅਕਿਰਤੀਆਂ ਆਪਣਾ ਮੂੰਹ ਪਲਟ ਜਾਂਦੀਆਂ ਆ, ਠੀਕ ਹੈ ਬੇਟਾ। ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਦੋ ਨੰਬਰ ਅਕਿਰਤੀ ਹੈ ਜਿਹੜੀ, ਉਹ ਸਟਿਲ ਰਹਿੰਦੀ ਆ, ਠੀਕ ਹੈ, ਬਾਕੀ ਸਾਰੀਆਂ ਅਕਿਰਤੀਆਂ ਐਰੋ ਉੱਪਰੋਂ ਥੱਲੇ ਆ ਗਿਆ, ਆਹ ਦੋਵੇਂ ਅਕਿਰਤੀਆਂ ਵੀ ਉੱਪਰ ਨੂੰ ਚਲੀਆਂ ਗਈਆਂ। ਹੁਣ ਬੇਟਾ ਤੀਜੇ ਨੰਬਰ ਦੇ ਵਿੱਚ ਆਹ ਜਿਹੜੀ ਤਿੰਨ ਅੱਗੋ ਚੌਥੇ ਨੰਬਰ 'ਚ ਆਹ ਅਕਿਰਤੀ ਸਟਿਲ ਰਹੂਗੀ, ਬਾਕੀ ਸਾਰੀਆਂ ਅਕਿਰਤੀਆਂ ਆਪਣੀ ਜਿਹੜੇ ਹੈਗੇ ਆ ਮੂੰਹ ਚੇਂਜ ਕਰ ਲੈਣਗੀਆਂ, ਉੱਪਰੋਂ ਥੱਲੇ, ਆਹ ਥੱਲੇ ਤੋਂ ਉੱਪਰ ਚਲ ਜਾਣਗੀਆਂ। ਤਾਂ ਜਦੋਂ ਬੇਟਾ ਦੋ ਨੰਬਰ ਅਕਿਰਤੀ ਨੂੰ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਆਹ ਦੇਖੋ ਸਾਰਾ ਆਹ ਐਰੋ ਥੱਲੇ ਨੂੰ ਆ ਗਿਆ, ਦੋ ਆਹ ਅਕਿਰਤੀ ਜਿਹੜੀ ਤਿੰਨ ਗੋਲੇ ਵਾਲੀ ਸਟਿਲ ਰਹੀ, ਆਹ ਦੋਵੇਂ ਉੱਪਰ ਨੂੰ ਚਲੇ ਗਏ। ਮਤਲਬ ਇਹ ਜਿਹੜੀ ਦੋ ਨੰਬਰ ਅਕਿਰਤੀ ਆ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ, ਇਸ ਕਰਕੇ ਇਹਨੂੰ ਅਸੀਂ ਆਂਸਰ ਲਾ ਦੇਵਾਂਗੇ। ਇਹ ਬੇਟਾ ਹੈਗਾ ਆ ਦੂਜਾ ਸਵਾਲ। ਹੁਣ ਆਪਾਂ ਚੱਲਦੇ ਹਾਂ ਤਿੰਨ ਨੰਬਰ ਸਵਾਲ ਦੇ ਉੱਤੇ। ਹਾਂ ਬੇਟਾ, ਤਾਂ ਹੁਣ ਆਪਾਂ ਪਹੁੰਚ ਗਏ ਤਿੰਨ ਨੰਬਰ ਸਵਾਲ ਦੇ ਉੱਤੇ। ਤਿੰਨ ਨੰਬਰ ਸਵਾਲ ਦੇ ਵਿੱਚ ਫਿਰ ਬੇਟਾ ਆਪਾਂ ਅਕਿਰਤੀਆਂ ਨੂੰ ਰੀਡ ਕਰਾਂਗੇ ਵੀ ਇਹ ਕਿਸ ਤਰ੍ਹਾਂ ਚੱਲਦੀਆਂ ਪਈਆਂ ਆ। ਆਹ ਦੇਖੋ ਪੰਜ ਭੁਜ ਬਣਿਆ ਹੋਇਆ ਪਹਿਲੀ ਅਕਿਰਤੀ ਦੇ ਵਿੱਚ, ਦੋ ਨੰਬਰ ਅਕਿਰਤੀ ਦੇ ਵਿੱਚ ਪੰਜ ਭੁਜ 'ਚੋਂ ਇੱਥੋਂ ਇੱਕ ਭੁਜਾ ਚੁੱਕ ਲਈ, ਉਹ ਇੱਥੇ ਬਣਾ ਦਿੱਤੀ, ਠੀਕ ਹੈ। ਉਦੋਂ ਅਗਲੀ ਅਕਿਰਤੀ ਦੇ ਵਿੱਚ ਆਹ ਵੀ ਭੁਜਾ ਚੁੱਕ ਲਈ ਅਤੇ ਇਹਦੇ ਨਾਲ ਜੋੜਤੀ। ਉਦੋਂ ਅਗਲੀ ਅਕਿਰਤੀ ਦੇ ਵਿੱਚ ਬੇਟਾ ਆਹ ਭੁਜਾ ਚੁੱਕ ਕੇ ਇਹਦੇ ਨਾਲ ਜੋੜ ਦਊਗਾ।
ਤਾਂ ਆਹ ਫਿਗਰ ਅਸੀਂ ਦੇਖਾਂਗੇ ਕਿੱਥੇ ਬਣਦੀ ਪਈ ਹੈ। ਤਾਂ ਆਹ ਫਿਗਰ ਜਦੋਂ ਬੇਟਾ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਇਹ ਫਿਗਰ ਜਿਹੜੀ ਆਹ ਫਿਗਰ ਧਿਆਨ ਨਾਲ ਦੇਖੋ, ਤਿੰਨ ਨੰਬਰ ਫਿਗਰ ਨੂੰ ਜਦੋਂ ਆਪਾਂ ਸਟੱਡੀ ਕਰਦੇ ਹਾਂ ਤਾਂ ਭੁਜਾਵਾਂ ਪੰਜ ਹੀ ਰਹਿੰਦੀਆਂ ਆ, ਠੀਕ ਹੈ। ਇੱਥੇ ਵੱਡੇ ਵਾਲੀ ਜਿਹੜੀ ਸੀ ਇੱਥੇ ਦੋ ਰਹਿ ਗਈਆਂ, ਅਤੇ ਆਹ ਫਿਗਰ ਹਟਾ ਕੇ ਇੱਥੇ ਲੈ ਗਿਆ, ਆਹ ਦੇਖੋ ਇੱਕ ਦੋ ਤਿੰਨ ਇੱਥੇ ਬਣ ਗਈਆਂ ਅਤੇ ਤਿੰਨ ਉੱਪਰੋਂ ਹਟਾ ਦਿੱਤੀਆਂ ਗਈਆਂ। ਤਾਂ ਆਹ ਫਿਗਰ ਆ ਸਾਡੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ, ਇਹਨੂੰ ਆਪਾਂ ਟਿੱਕ ਕਰ ਦੇਵਾਂਗੇ। ਤਾਂ ਇਹ ਸਾਡਾ ਉੱਤਰ ਆ ਗਿਆ। ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਹੁਣ ਆਪਾਂ ਚਾਰ ਨੰਬਰ ਸਵਾਲ ਬਾਰੇ ਗੱਲ ਕਰਦੇ ਹਾਂ, ਉਹ ਦੇਖਦੇ ਹਾਂ ਕਿਸ ਤਰ੍ਹਾਂ ਚੱਲਦੀਆਂ ਪਈਆਂ ਕਿਰਤੀਆਂ। ਹਾਂ ਬੇਟਾ, ਤਾਂ ਹੁਣ ਆਪਾਂ ਬੇਟਾ ਚਾਰ ਨੰਬਰ ਸਵਾਲ ਦੇ ਉੱਤੇ ਪਹੁੰਚ ਗਏ। ਚਾਰ ਨੰਬਰ ਸਵਾਲ ਦੇ ਵਿੱਚ ਫਿਰ ਆਪਾਂ ਕਿਰਤੀਆਂ ਨੂੰ ਚੈੱਕ ਕਰਾਂਗੇ ਵੀ ਇਹ ਕਿਰਤੀਆਂ ਕਿਸ ਤਰ੍ਹਾਂ ਚੱਲਦੀਆਂ ਪਈਆਂ। ਆਹ ਇੱਕ ਗੋਲਾ ਸਰਕਲ ਬਣਿਆ, ਉਹਦੇ ਬਾਹਰ ਚਾਰ ਛੋਟੇ ਛੋਟੇ ਸਰਕਲ ਬਣੇ ਹੋਏ ਆ। ਹੁਣ ਬੇਟਾ ਅਗਲੇ ਸਟੈਪ ਦੇ ਵਿੱਚ ਇੱਕ ਜਿਹੜਾ ਸਰਕਲ ਦੇ ਬਾਹਰ ਸਰਕਲ ਬਣਿਆ, ਇੱਕ ਖੱਬੇ ਹੱਥ ਇਸ ਸਰਕਲ ਦੇ ਬਾਹਰਲੇ ਪਾਸੇ ਇੱਕ ਜਿਹੜਾ ਕਾਲੇ ਰੰਗ ਦੀ ਗੋਲਾ ਲਾ ਦਿੰਦਾ ਹੈ ਅਤੇ ਉਹਨੂੰ ਸਕੇਅਰ ਦੇ ਵਿੱਚ ਬਦਲ ਦਿੰਦਾ, ਬਾਹਰ ਜਿਹੜਾ ਸਰਕਲ ਬਣਿਆ ਹੁੰਦਾ, ਠੀਕ ਹੈ। ਉਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇਹ ਇੱਧਰਲੇ ਪਾਸੇ ਵੀ ਕਾਲੇ ਰੰਗ ਦਾ ਗੋਲਾ ਲੱਗ ਜਾਂਦਾ, ਇਹਨੂੰ ਲਗਭਗ ਸਕੇਅਰ ਦੇ ਵਿੱਚ ਬਦਲ ਦਿੰਦਾ, ਠੀਕ ਹੈ। ਇਹ ਗੋਲਾ ਐਂਟੀ ਕਲੋਕ ਵਾਈਜ਼ ਬਣਨਾ ਸ਼ੁਰੂ ਹੋਇਆ ਹੋਇਆ, ਠੀਕ ਹੈ। ਇਦੋਂ ਅਗਲੇ ਸਟੈਪ ਦੇ ਵਿੱਚ ਬੇਟਾ ਇੱਥੇ ਵੀ ਇੱਕ ਗੋਲਾ ਲੱਗ ਜੂਗਾ ਅਤੇ ਆਹ ਵੀ ਇਹਦੇ ਵਿੱਚ ਸਕੇਅਰ ਦੇ ਵਿੱਚ ਬਦਲ ਜੂਗਾ। ਤਾਂ ਜਦੋਂ ਅਸੀਂ ਹੇਠਲੀ ਫਿਗਰ ਨੂੰ ਸਟੱਡੀ ਕਰਦੇ ਹਾਂ ਤਾਂ ਤਿੰਨ ਨੰਬਰ ਫਿਗਰ ਹੈ ਜਿਹੜੀ ਇਹਦੇ ਆਂਸਰ ਦੇ ਲਈ ਫੁੱਲਫਿਲ ਕਰਦੀ ਪਈ ਹੈ, ਇਸ ਲਈ ਆਪਾਂ ਤਿੰਨ ਨੰਬਰ ਨੂੰ ਟਿੱਕ ਕਰ ਦੇਵਾਂਗੇ, ਇਹ ਸਾਡਾ ਰਾਈਟ ਆਂਸਰ ਬਣ ਜੂਗਾ। ਤਾਂ ਹਾਂ ਬੇਟਾ, ਤਾਂ ਹੁਣ ਆਪਾਂ ਇਸੇ ਸੈੱਟ ਦੇ ਪੰਜ ਨੰਬਰ ਸਵਾਲ ਦੇ ਬਾਰੇ ਗੱਲ ਕਰਾਂਗੇ। ਪੰਜ ਨੰਬਰ ਸਵਾਲ ਨੂੰ ਧਿਆਨ ਦੇ ਨਾਲ ਦੇਖੋ ਤੁਸੀਂ। ਆ ਫਸਟ ਬਾਕਸ ਦੇ ਵਿੱਚ ਬੇਟਾ ਇੱਕ ਤੀਰ ਬਣਿਆ ਹੋਇਆ, ਉਦੋਂ ਬਾਅਦ ਦੇ ਵਿੱਚ ਤੀਰ ਆਪਣਾ ਮੂੰਹ ਪਲਟਦਾ ਤਾਂ ਉਹਦੇ ਉਲਟ ਪਾਸੇ ਨੂੰ ਆਹ ਨਵਾਂ ਖੁੱਲ੍ਹੇ ਮੂੰਹ ਵਾਲਾ ਤੀਰ ਹੈ ਜਿਹੜਾ ਉਹ ਬਣਾ ਦਿੱਤਾ ਗਿਆ, ਠੀਕ ਹੈ। ਫਿਰ ਉਦੋਂ ਅਗਲੇ ਸਟੈਪ ਦੇ ਵਿੱਚ ਇਹ ਆਪਣਾ ਮੂੰਹ ਬਦਲਦਾ, ਮਤਲਬ ਬਾਕੀ ਕਿਰਤੀਆਂ ਆਪਣਾ ਮੂੰਹ ਬਦਲੀ ਜਾਂਦੀਆਂ, ਇਹਨੇ ਐਨੂੰ ਕਰ ਲਿਆ, ਇਹਨੇ ਐਨੂੰ, ਜਦੋਂ ਇਹਨੇ ਐਨੂੰ ਮੂੰਹ ਕੀਤਾ ਤਾਂ ਇੱਕ ਨਵੀਂ ਕਿਰਤੀ ਆ ਗਈ, ਠੀਕ ਹੈ ਬੇਟਾ। ਹੁਣ ਫਿਰ ਅਗਲੇ ਸਟੈਪ 'ਚ ਸਾਰੀਆਂ ਕਿਰਤੀਆਂ ਆਪਣਾ ਮੂੰਹ ਚੇਂਜ ਕਰ ਲੈਣਗੀਆਂ, ਆਹ ਵਾਲਾ ਗੋਲੇ ਵਾਲੀ ਕਿਰਤੀ ਇੱਧਰ ਨੂੰ ਆਜੂਗੀ ਅਤੇ ਇੱਧਰਲੇ ਪਾਸੇ ਨੂੰ ਮੂੰਹ ਕਰਕੇ ਇੱਕ ਨਵੀਂ ਕਿਰਤੀ ਆਜੂਗੀ। ਜਦੋਂ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ, ਇੱਕ ਨੰਬਰ ਫਿਗਰ ਨੂੰ ਸਟੱਡੀ ਕਰੋ ਬੇਟਾ ਧਿਆਨ ਦੇ ਨਾਲ, ਉਹ ਦੇਖੋ ਤੀਰ ਵਾਲਾ ਇੱਧਰ ਨੂੰ ਚਲਾ ਗਿਆ, ਖੁੱਲ੍ਹੇ ਮੂੰਹ ਵਾਲਾ ਇੱਧਰ ਨੂੰ ਚਲਾ ਗਿਆ, ਗੋਲੇ ਵਾਲਾ ਐਨੂੰ ਆ ਗਿਆ, ਅਤੇ ਇਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਹ ਇੱਕ ਨਵੀਂ ਕਿਰਤੀ ਬਣ ਗਈ, ਇਸ ਕਰਕੇ ਇਹ ਸਾਡਾ ਰਾਈਟ ਆਂਸਰ ਹੋਊਗਾ। ਸੋ ਬੇਟਾ ਇਹ ਪੰਜ ਨੰਬਰ ਸਵਾਲ ਹੈਗਾ ਸੀਗਾ। ਸੋ ਇਹ ਵੀਡੀਓ ਦੇਖ ਕੇ ਤੁਸੀਂ ਰੱਬ ਰੂਪੀ ਬੱਚਿਆਂ ਨੇ ਜੋ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟਾ। ਥੈਂਕ ਯੂ।